ਪਾਕਿਸਤਾਨ ਤੋਂ ਭਾਰਤ ਗੁਰੂ ਧਾਮਾਂ ਦੇ ਦਰਸ਼ਨ ਲਈ ਪਹੁੰਚੇ ਇੱਕ ਹਿੰਦੂ ਜਥੇ ਦੇ ਵਿੱਚ ਇੱਕ ਵਿਅਕਤੀ ਲਾਪਤਾ ਹੋ ਗਿਆ ਹੈ। ਅੰਮ੍ਰਿਤਸਰ ਪੁਲਿਸ ਫਿਲਹਾਲ ਜਾਂਚ ਵਿੱਚ ਜੁਟੀ ਹੋਈ ਹੈ। ਦੱਸ ਦਈਏ ਕਿ 45 ਮੈਂਬਰਾਂ ਦਾ ਇਹ ਜਥਾ 26 ਜਨਵਰੀ ਨੂੰ ਭਾਰਤ ਵਿੱਚ ਆਇਆ ਸੀ ਅਤੇ ਦਿੱਲੀ ਦੇ ਗੁਰੂ ਧਾਮਾਂ ਦੇ ਦਰਸ਼ਨਾਂ ਤੋਂ ਬਾਅਦ ਇਹ ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਸੀ, ਪਰ ਇੱਥੋਂ ਇੱਕ ਵਿਅਕਤੀ ਗਾਇਬ ਹੋ ਗਿਆ ਹੈ। ਹੁਣ CCTV ਫੁਟੇਜ ਖੰਗਾਲ ਕੇ ਵੀ ਇਸ ਦੀ ਭਾਲ ਕੀਤੀ ਜਾ ਰਹੀ ਹੈ। ਦੀਵਾਨ ਸਨ ਆਫ ਬਾਗੜੀ ਬਾਗੜੀ ਕ੍ਰਿਸ਼ਨਾ ਮੱਲ ਹਿੰਦੂ ਵਾਸੀ ਫਤਿਹਪੁਰ ਜ਼ਿਲ੍ਹਾ ਦਾਦੂ ਸਿੰਧ ਪਾਕਿਸਤਾਨ ਦਾ ਰਹਿਣ ਵਾਲਾ ਸੀ ਅਤੇ ਇੱਕ 45 ਮੈਂਬਰੀ ਕਿਸਾਨਾਂ ਦਾ ਵਫਦ ਇੱਥੇ ਇੰਡੀਆ ਦੇ ਵਿੱਚ ਆਇਆ ਸੀ, ਜਿਹੜਾ 26 ਜਨਵਰੀ ਨੂੰ ਭਾਰਤ ਵਿੱਚ ਦਾਖਲ ਹੋਇਆ ਸੀ, ਜੋ ਦਿੱਲੀ ਜਾਣ ਤੋਂ ਬਾਅਦ ਹੁਣ ਫਿਰ 6 ਫਰਵਰੀ ਨੂੰ ਵਾਪਸ ਇੱਥੇ ਅੰਮ੍ਰਿਤਸਰ ਆਇਆ ਸੀ, ਜਿਨ੍ਹਾਂ ਵਿੱਚੋਂ ਇਹ ਦੀਵਾਨ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਆਇਆ, ਜਿਹੜਾ ਉੱਥੋਂ ਇਹ ਕਿਤੇ ਆਪਣੇ ਸਾਥੀਆਂ ਦੇ ਨਾਲੋਂ ਕਿਤੇ ਚਲਾ ਗਿਆ, ਜਿਹਦੀ ਜਿਹੜੀ ਆ ਅਤਲਾਹ ਮਿਤੀ 8 ਫਰਵਰੀ ਨੂੰ ਉਹਨਾਂ ਦੇ ਜਿਹੜਾ ਲੀਡਰ ਆ ਲਕਸ਼ਮਣ ਸਿੰਘ ਵੱਲੋਂ ਪੁਲਿਸ ਨੂੰ ਦਿੱਤੀ ਗਈ ਸੀ, ਜਿਸ ਦੀ ਜਿਹੜੀ ਆ ਰਫਟ ਗੁੰਮਸ਼ੁਦਗੀ।